ਸ੍ਰੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਸ ਕਰਦੇ ਭਈ ਸਭ ਚੜ੍ਹਦੀ ਕਲਾ ਅਤੇ ਜਿਹਨਾਂ ਅਸੀਂ ਜਿੰਨਾ ਕੱਲ੍ਹ ਨਹੀਂ ਗੱਲ ਕਰ ਸਕੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਅਤੇ ਅਸੀਂ ਅੱਜ ਇੱਕ ਮਾੜੀ ਬਹੁਤ ਜ਼ਰੂਰੀ ਗੱਲ ਕਰਨੀ ਆ। ਜਿਹੜੇ ਸਾਡੇ ਕਿਸਾਨ ਭੈਣ ਭਰਾ ਸਾਡੀ ਯੰਗ ਜਿਹੜੇ ਨੌਜਵਾਨ ਇਸ ਵੇਲੇ ਕਿਸਾਨ ਮੋਰਚਾ 'ਚ ਬੈਠੇ ਦਿੱਲੀ, ਮੈਂ ਪਹਿਲਾਂ ਵੀ ਬ੍ਰੋਡਕਾਸਟ ਕੀਤਾ ਸੀਗਾ ਪਿਛਲੇ ਹਫ਼ਤੇ ਵੀ ਜਦੋਂ ਸਾਡੇ ਉੱਪਰ ਕੋਈ ਹਮਲਾ ਹੋਣਾ, ਇਹ ਮੂਵਮੈਂਟ ਨੂੰ ਤੋੜਨਾ ਜਾਂ ਮੋਰਚੇ ਨੂੰ ਤੋੜਨਾ, ਉਹ ਵਿੱਚੋਂ ਹੀ ਕੰਮ ਹੋਊਗਾ ਅਤੇ ਪ੍ਰੋਪਾਗੈਂਡਾ ਨਾਲ ਹੋਊਗਾ, ਸਿੱਧੀ ਗੋਲੀ ਨਹੀਂ ਚਲਾਓਗੇ ਇੱਕਦਮ ਉਹ। ਸੋ ਮੈਂ ਤੁਹਾਨੂੰ ਇੱਕ ਆਪਣਾ ਐਕਸਪੀਰੀਅੰਸ ਦਿੰਦਾ। ਜਦੋਂ ਅਸੀਂ ਰਿਫਿਊਜੀ ਕੈਂਪਾਂ 'ਚ ਕੰਮ ਕਰੀਦੇ ਜਾ ਕੇ ਦੁਨੀਆ ਦੇ ਵਿੱਚ, ਇਰਾਕ ਦੇ ਸੀਰੀਆ ਬੋਰਡਰ ਜਾਂ ਲੈਬਨਨ ਬੋਰਡਰ ਜਾਂ ਕਿਤੇ ਹੋਰ, ਇੱਕ ਗੱਲ ਸਾਨੂੰ ਹਰ ਵਾਰੀ ਖਿਆਲ 'ਚ ਰੱਖਣੀ ਪੈਂਦੀ ਵੀ ਇਹ ਕੈਂਪ ਆ, ਰਿਫਿਊਜੀ ਕੈਂਪ, ਜਿੱਦਾਂ ਹੁਣ ਲੀਬੀਆ 'ਚ ਲੜਾਈ ਲੱਗੀ ਜਦੋਂ ਕਰਨਲ ਗਡਾਫੀ ਕੱਢਿਆ ਸੀਗਾ 2011 'ਚ, ਉੱਥੇ ਅਸੀਂ ਕੈਂਪਾਂ 'ਚ ਕੰਮ ਕਰਦੇ ਸੀਗੇ। ਉਹਦੇ ਕੈਂਪਾਂ ਦੇ ਵਿੱਚ ਬਹੁਤ ਲੀਬੀਆ ਦੇ ਜਿਹੜੇ ਭਈ ਗਡਾਫੀ, ਕਰਨਲ ਗਡਾਫੀ ਨੂੰ ਪਸੰਦ ਕਰਦੇ ਸੀਗੇ ਅਤੇ ਅਮਰੀਕਾ ਦੇ ਖਿਲਾਫ ਸੀਗੇ, ਇੰਗਲੈਂਡ ਦੇ ਖਿਲਾਫ ਸੀਗੇ, ਉਹਨੇ ਬਹੁਤ ਹੀ ਵਿੱਚ ਜਿੱਦਾਂ ਭਈ ਝਗੜਾ ਕੀਤਾ, ਕੁੱਟ ਕਟਾਪਾ, ਰਾਇਟਸ ਕੀਤੀਆਂ ਵੀ ਉਹ ਕੈਂਪ ਨੂੰ ਬਦਨਾਮ ਕਰਨ ਨੂੰ। ਅਸੀਂ ਹਰ ਵਾਰ ਜਦੋਂ ਕੈਂਪਾਂ 'ਚ ਜਾਈਦਾ ਸਾਨੂੰ ਹਰ ਵਾਰ ਇਹ ਖਿਆਲ ਹੁੰਦਾ, ਇਹਨਾਂ ਕੈਂਪ 'ਚ ਜਿੱਦਾਂ ਹੁਣ ਇਰਾਕ ਜਾਈਦਾ ਵੀ ਕੈਂਪਾਂ ਦੇ ਵਿੱਚ ਕੋਈ ਬੰਦੇ ਹੁੰਦੇ ਆ ਜਿਹੜੇ ਤੁਹਾਨੂੰ ਖਰਾਬ ਕਰੂਗੇ, ਵੀ ਸਾਡੇ ਵਰਗ ਜਾ ਕੇ ਮਦਦ ਨਾ ਕਰਨ, ਵੀ ਕਹਿਣਾ ਵੀ ਕੈਂਪ ਟ੍ਰਬਲ ਆ, ਇਹ ਕੈਂਪ 'ਚ ਕੋਈ ਜਾਵੇ ਨਾ, ਬੰਦੇ ਜਿਹੜੇ ਰਿਫਿਊਜੀ ਭੁੱਖੇ ਮਰ ਜਾਣ। ਹੁਣ ਜਿਹੜੀ ਸਾਡੀ ਇੱਕ ਕਹਿ ਲਓ ਵੀ ਕੈਂਪ ਲੱਗੀ ਹੋ ਆ, ਮੋਰਚਾ ਜਿਹਾ ਲੱਗਾ ਦਿੱਲੀ, ਇਹਨੂੰ ਤੋੜਨ ਲਈ ਵਿੱਚੋਂ ਕਿੱਦਾਂ ਕੰਮ ਖਰਾਬ ਕਰਨਾ, ਇਹ ਕੋਈ ਨਵੀਂ ਚੀਜ਼ ਨਹੀਂ, ਨਾ ਕੋਈ ਨਵਾਂ ਢੰਗ ਆ। ਅੱਜ ਜਿਹੜੀ ਤੁਹਾਡੀ 3 ਵਜੇ ਗੌਰਮੈਂਟ ਦਾ ਮੀਟਿੰਗ ਹੋ ਰਹੀ ਆ ਕਿਸਾਨਾਂ ਦੀ, ਮੈਨੂੰ ਵੀ ਸਾਨੂੰ ਵੀ ਸੁਨੇਹ ਸਵੇਰੇ ਮਿਲੇ ਆ, ਬਾਹਰੋਂ 4-5 ਫੋਨ ਮੈਨੂੰ ਆਏ ਆ ਭਈ ਦੋਨੇ ਪਾਸੇ ਪੁਲਿਸ ਆ, ਪਿੱਛੇ ਵੀ ਅਤੇ ਮੂਹਰੇ ਵੀ ਇੱਥੇ ਮੋਰਚਾ, ਅਤੇ ਵਿੱਚੋਂ ਜਦੋਂ ਕੋਈ ਕਹਿ ਲਓ ਵੀ ਜੇ ਜਿੱਦਾਂ ਹੁਣ ਗੱਲਬਾਤ ਗੌਰਮੈਂਟ ਨਾਲ ਚੱਲੂਗੀ ਅਤੇ ਜੇ ਗੱਲਬਾਤ ਨਹੀਂ ਸਫਲਤਾ ਹੋਈ ਤਾਂ ਵਿੱਚੋਂ ਸ਼ਾਇਦ ਉਹ ਮੁੰਡੇ ਕੁੜੀਆਂ ਵਿੱਚ ਹੋਊਗੇ ਜਿਹੜੇ ਵਿੱਚ ਜਾਣ ਕੇ ਪਾਏ ਗੌਰਮੈਂਟ ਨੇ, ਰੋੜੇ ਮਾਰੂਗੇ ਜਾਂ ਗਾਲਾਂ ਕੱਢੂਗੇ ਪੁਲਿਸ ਨੂੰ ਜਾਂ ਮੋਦੀ ਨੂੰ ਲਲਕਾਰੂਗੇ ਜਾਣ ਕੇ, ਜਿੱਦਾਂ ਭਈ ਕਹਿਣਾ ਗੰਦੇ ਸ਼ਬਦ ਬੋਲਣੇ ਜਾਂ ਕਾਰਾਂ ਭੰਨਣ ਲੱਗ ਪੈਣਾ ਜਾਂ ਉੱਦਾਂ ਜਾਣ ਕੇ ਜਿੱਦਾਂ ਭਈ ਛੇੜਨਾ ਕਿ ਇਹ ਜਿਹੜੇ ਮੋਹਰੇ ਹੋ ਕੇ ਲੜਨ ਜਿਹੜੇ ਸਾਡੇ ਨੌਜਵਾਨ ਆ ਕੈਂਪ 'ਚ ਬੈਠੇ, ਜਿਹੜੇ ਵੀ ਕਹਿ ਲਓ ਮੋਰਚੇ 'ਚ ਬੈਠੇ ਆ ਇਸ ਵੇਲੇ, ਉਹਨੂੰ ਭੜਕਾਉਣ ਲਈ। ਹੁਣ ਜਿੱਦਾਂ ਤੁਸੀਂ ਜਿੱਥੇ ਬੈਠੇ ਆ, ਸ਼ਾਇਦ ਤੁਹਾਡੇ ਉੱਪਰ ਕੋਈ ਆ ਕੇ ਜਿੱਦਾਂ ਤੁਹਾਨੂੰ ਲਲਕਾਰੇ, ਬਾਹਰੋਂ ਆ ਕੇ ਗਾਲਾਂ ਕੱਢੇ ਆ ਕੇ, ਤੁਸੀਂ ਉਹਨੂੰ ਕੁਛ ਕਰ ਦਿੱਤਾ, 2 ਲਾਤੀਆਂ ਉਹਦੇ ਜਿੱਦਾਂ ਪੰਜਾਬੀ ਲਾ ਦਿੰਦੇ ਆ, ਉਹਨੇ ਜਾ ਕੇ ਵੀਡੀਓ ਬਣਾਉਣਾ, ਦੇਖੋ ਜੀ ਅੱਤਵਾਦੀ ਆ, ਹੈ ਜੋ ਆ। ਅਤੇ ਮੈਂ ਇਹ ਨਹੀਂ ਕਹਿੰਦਾ ਜੇ ਤੁਹਾਨੂੰ ਕੋਈ ਹੱਥੋਂ ਪਾਏ ਹੋਊਗਾ, ਜੇ ਤੁਹਾਡੇ ਉੱਪਰ ਕੋਈ ਹੱਥ ਚੱਕੂਗਾ ਤਾਂ ਤੁਸੀਂ ਜੋ ਮਰਜ਼ੀ ਕਰੋ, ਇਹ ਨਹੀਂ ਮੈਂ ਕਹਿੰਦਾ ਜੇ ਤੁਹਾਡੇ ਹੱਥ ਚੱਕਾ ਕੋਈ ਫਿਰ ਤੁਸੀਂ ਚੁੱਪ ਕਰਕੇ ਬਹਿਣਾ, ਪਰ ਜੇ ਤੁਹਾਨੂੰ ਭੜਕਾਉਂਦੇ ਆ, ਤੁਹਾਨੂੰ ਜਾਣ ਕੇ ਛੇੜਦੇ ਆ ਜਾਂ ਕੈਂਪ ਦੇ ਵਿੱਚੋਂ ਇੱਦਾਂ ਦੇ ਬੰਦੇ ਏਜੰਟ ਪਾਉਂਦੇ ਆ ਜਿਹੜੇ ਭਈ ਕਹਿ ਲਓ ਇਹ ਜਿਹੜਾ ਭਈ ਹੁਣ ਇੱਕਜੁੱਟ ਹੋਈ ਉਹ ਤੋੜਨ ਲਈ, ਇਹ ਸਾਰੀ ਦੁਨੀਆ 'ਚ ਮੈਂ ਦੇਖਿਆ, ਸਾਰੀ ਦੁਨੀਆ ਵਿੱਚ ਭਈ ਕੈਂਪਾਂ ਦੇ ਵਿੱਚ ਰਿਫਿਊਜੀ ਕੈਂਪ ਹੋਵੇ ਜਾਂ ਜਿੱਥੇ ਕੋਈ ਇਕੱਠ ਹੋਵੇ ਉਹਦੇ ਵਿੱਚ ਜਾਣ ਕੇ ਰੌਲਾ ਪਾਉਣ ਲਈ, ਕੁੱਟ ਕਟਾਪਾ ਕਰਨ ਨੂੰ, ਇੱਕ ਮੂਵਮੈਂਟ ਨੂੰ ਖਰਾਬ ਕਰਨ ਨੂੰ, ਜਿੱਦਾਂ ਕਹਿ ਲਓ 84 ਮਗਰੋਂ ਅਸੀਂ ਬਲੈਕ ਕੈਟਸ ਦੀ ਗੱਲ ਕਰਦੇ ਹਾਂ ਭਈ ਬਲੈਕ ਕੈਟਸ ਵਿੱਚ ਪਾਈਆਂ ਗਈਆਂ ਪੱਗਾਂ ਬੰਨ੍ਹ ਕੇ ਦਾੜੇ ਖੁੱਲ੍ਹੇ ਲਾ ਕੇ ਉਹਨਾਂ ਦੇ ਕਹਿਤਾ ਵੀ ਇਹ ਸਿੰਘ ਆ ਅਤੇ ਜਾ ਕੇ ਸਾਡੇ ਹਿੰਦੂ ਭਰਾ ਨੂੰ ਮਾਰ ਲੱਪਣਾ ਬੱਸਾਂ 'ਚ ਅਤੇ ਨਾ ਸਾਡਾ ਬਦਨਾਮ ਹੋਵੇ। ਇਹ ਹੈਗੇ ਆ ਭਈ ਐਕਸਪਰਟ ਆ ਇਹਦੇ ਵਿੱਚ, ਇਹ ਸਾਡਾ ਪੰਜਾਬੀ ਖੂਨ ਆ, ਅਸੀਂ ਇੱਕਦਮ ਭੁੜਕ ਜਾਂਦੇ ਹਾਂ ਸੋਚਦੇ ਨੀਗੇ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਆਪਣੇ ਐਕਸਪੀਰੀਅੰਸ ਵੱਲੋਂ, ਸਾਰੀ ਦੁਨੀਆ 'ਚ ਘੁੰਮੀ ਆ, ਭਈ ਤੁਸੀਂ ਇਹਦੇ ਵਿੱਚੋਂ ਬਚ ਕੇ ਰਹਿਣਾ। ਜੇ ਕੋਈ ਪੱਥਰ ਚੱਕ ਕੇ ਕੋਈ ਕਰ ਰਿਹਾ ਜਾਂ ਕੋਈ ਕਿਸੇ ਨੂੰ ਮਾੜਾ ਕਰ ਰਿਹਾ ਜਾਂ ਪੋਲਸੀ ਨੂੰ ਗਾਲਾਂ ਕੱਢ ਰਿਹਾ ਜਾਂ ਇਹ ਯੋਗ ਕਰ ਰਿਹਾ, ਐਵੇਂ ਬਸ ਜਾਣ ਕੇ ਤੁਹਾਨੂੰ ਲਲਕਾਰ ਲਈ, ਤੁਹਾਨੂੰ ਭੜਕਾਉਣ ਲਈ ਭਈ ਤੁਹਾਨੂੰ ਤੁਸੀਂ ਵੀ ਜਾ ਕੇ ਲੜੋ, ਉਹ ਬੰਦੇ ਜਾਂ ਕੋਈ ਔਰਤ ਹੋਵੇ ਉਹਨੂੰ ਰੋਕਣਾ ਤੁਸੀਂ, ਕਿਉਂਕਿ ਇਹ ਕੰਮ ਖਰਾਬ ਕਰਨ ਨੂੰ ਇਹ ਗੌਰਮੈਂਟ ਦੀਆਂ ਬਹੁਤ ਐਕਸਪਰਟੀਜ਼ ਹੁੰਦੀਆਂ, ਬਹੁਤ ਸਪੈਸ਼ਲਿਟੀ ਹੁੰਦੀਆਂ, ਬਹੁਤ ਸਪੈਸ਼ਲ ਹੁੰਦੇ ਇਹ, ਇਹਨਾਂ ਦਾ ਕੰਮ ਹੀ ਇਹ ਹੁੰਦਾ ਆ ਭਈ ਜਿਹੜੇ ਜਿੱਥੇ ਇਕੱਠ ਹੁੰਦਾ ਉਹਨਾਂ ਨੂੰ ਕਿੱਦਾਂ ਤੋੜਨਾ, ਆਪਸ ਵਿੱਚ ਲੜਾਉਣਾ ਤਾਂ ਜਾਂ ਦੂਜੇ ਪਾਸੇ ਹਮਲੇ ਕਰਨੇ, ਵੀ ਕਹਿਣਾ ਦੇਖੋ ਜੀ ਆ ਰਹੋ ਇਹਨਾਂ ਨੂੰ ਢਾਲੀਏ ਜਾ ਕੇ ਫੌਜ ਨੂੰ ਜਾਂ ਪੁਲਿਸ ਨੂੰ, ਇੱਦਾਂ ਨਹੀਂ ਕਰਨਾ, ਅਸੀਂ ਕਿਸੇ ਨੂੰ ਨਹੀਂ ਕਰਨਾ। ਅਸੀਂ ਸਾਡੀਆਂ ਫੋਟੋ ਲੱਗੀਆਂ ਤੁਹਾਡੀਆਂ ਉੱਥੇ ਕਿਸਾਨਾਂ ਦੀਆਂ, ਤੁਸੀਂ ਪੁਲਿਸ ਨੂੰ ਲੰਗਰ ਛਕਾਉਂਦੇ ਹਾਂ,
ਸਾਰੇ ਪਾਸੇ ਇੱਕ ਪਾਸੇ ਸਾਡੇ ਪਾਸੇ ਲਾਠੀ ਚਾਰਜ ਕਰ, ਦੂਜੇ ਪਾਸੇ ਲੰਗਰ ਛਕਾਉਂਦੇ ਹਾਂ। ਇਹ ਇਨਸਾਨੀਅਤ ਜਿੱਤੂਗੀ ਜੋ ਮਰਜ਼ੀ ਹੋ ਜਾਵੇ। ਪਰ ਜਿੱਦਾਂ ਅਸੀਂ ਕੈਂਪਾਂ 'ਚ ਦੇਖਿਆ ਦੁਨੀਆ ਵਿੱਚ, ਭਾਈ ਕੈਂਪਾਂ 'ਚ ਏਜੰਟ ਹੁੰਦੇ ਆ, ਉਹ ਸਾਰਾ ਕੈਂਪ ਖਰਾਬ ਕਰਨ ਨੂੰ, ਕੈਂਪ ਦਾ ਬਦਨਾਮ ਕਰਨ ਨੂੰ। ਉਹੀ ਜਿੱਥੇ ਸਾਡੀ ਕੋਈ ਮੀਟਿੰਗ ਹੁੰਦੀ ਵੱਡੀ ਭਾਰੀ, ਜਿੱਥੇ ਸਾਡਾ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਇਕੱਠ ਹੁੰਦਾ, ਹੁਣ ਇਸ ਵੇਲੇ ਪੰਜਾਬੀ ਆ, ਹਰਿਆਣੇ ਵਾਲੇ ਵੀ ਉੱਥੇ ਆਏ, ਯੂਪੀ ਵਾਲੇ ਵੀ ਆ ਰਹੇ, ਇਸ ਵੇਲੇ ਸਾਰੇ ਕਿਸਾਨ ਆ, ਨਾ ਕੋਈ ਧਰਮ ਆ, ਨਾ ਕੋਈ ਇਹ ਸਾਡੇ ਪੰਜਾਬੀ ਜਿਹੜੇ ਆ। ਮੈਂ ਉਹਨਾਂ ਨੂੰ ਜ਼ਿਆਦਾ ਅਪੀਲ ਕਰਦਾ, ਕਿਉਂਕਿ ਸਾਨੂੰ ਪਤਾ ਆਪਣੇ ਮੁੰਡੇ ਬਈ ਇੱਕਦਮ ਬਈ ਗਰਮ ਹੋ ਜਾਂਦੇ, ਕਿਉਂਕਿ ਅਸੀਂ ਦੇਖ ਕੇ ਬਰਦਾਸ਼ਤ ਨਹੀਂ ਕਰਦੇ। ਪਰ ਤੁਹਾਨੂੰ ਕਈ ਵਾਰੀ ਸੋਚਣਾ ਪੈਣਾ ਬਈ ਸਾਨੂੰ ਕੌਣ ਲਲਕਾਰਦਾ, ਕਿਉਂ ਲਲਕਾਰਦਾ। ਜੇ ਤੁਹਾਨੂੰ ਕੋਈ ਛੇੜਦਾ, ਗਾਲਾਂ ਕੱਢਦਾ ਦੂਰੋਂ, ਉਹ ਜਾਣ ਕੇ ਕਰਦਾ ਵੀ ਤੁਹਾਨੂੰ ਸਾਰਿਆਂ ਨੂੰ ਬਦਨਾਮ ਕਰਨ। ਸੋ ਇਹ ਬਹੁਤ ਜ਼ਰੂਰੀ ਆ, ਤੁਸੀਂ ਇੱਕਜੁੱਟ ਰਹੋ ਵੀ ਤੁਸੀਂ ਕਿਸੇ ਦੀਆਂ ਗੇਮਾਂ 'ਚ ਨਹੀਂ ਆਉਣਾ। ਜਿਹੜੇ ਬਈ ਹੁਣ ਕਿਸਾਨ ਜਿਹੜੇ ਬਈ ਮੀਟਿੰਗ ਹੋਈ 3 ਵਜੇ, ਜੋ ਮਰਜ਼ੀ ਨਤੀਜਾ ਹੋਵੇ, ਤੁਸੀਂ ਬਿਲਕੁਲ ਪੀਸਫੁਲ ਸ਼ਾਂਤਮਾਈ ਰਹਿਣਾ, ਕਿਸੇ ਨੂੰ ਰਿਸਪੋਂਸ ਦੇਣੀ ਕੋਟ ਕਟਾਪੇ ਦੀ, ਪੱਥਰਾਂ ਨਾ, ਡੰਡਿਆਂ ਨਾ, ਨਾ ਲਲਕਾਰਨਾ, ਨਾ ਨਾਰੇ ਲਾਉਣੇ, ਨਾ ਕੁੱਟਣਾ, ਨਾ ਕੁੱਟਬਾਜ਼ੀ। ਤੁਸੀਂ ਆਪਣੇ ਜਿਹੜਾ ਤੁਹਾਡਾ ਮਕਸਦ ਇਸ ਵੇਲੇ, ਤੁਸੀਂ ਜਿੱਤ ਰਹੇ ਹਾਂ, ਤੁਹਾਡੀ ਜਿਹੜੀ ਜਿੱਤ ਆ ਬਹੁਤ ਭਾਰੀ ਆ। ਜਿੱਤ ਹੋ ਵੀ ਗਈ ਉਹ ਆ, ਉਹ ਤੋਂ ਵੀ ਭਾਰੀ ਜਿੱਤ ਹੋ ਰਹੀ ਆ। ਕਿਸੇ ਨੇ ਸੋਚਿਆ ਤੁਸੀਂ ਦਿੱਲੀ ਜਾਓਗੇ, ਕਿਸੇ ਨੇ ਸੋਚਿਆ ਨਹੀਂ ਸੀਗਾ ਇੰਨਾ ਚਿਰ ਵੱਡਾ ਤੁਸੀਂ ਇੱਕ ਜੈਮ ਲਾ ਦੋਗੇ, ਕਿਸੇ ਨੇ ਸੋਚਿਆ ਤੁਹਾਡੀ ਇੱਕ ਇਕੱਠ ਹੋਊਗੀ, ਇੱਕਜੁੱਟ ਹੋਊਗੀ। ਕੋਈ ਨਹੀਂ, ਇਹ ਜਿਹੜਾ ਇੱਕਦਮ ਹੋਇਆ ਇਹ ਤੁਹਾਡੇ ਹੱਲਾਸ਼ੇਰੀ ਨਾਲ ਹੋਇਆ, ਤੁਹਾਡੇ ਜਿਹੜਾ ਬਈ ਪਿਆਰ ਆ ਪੰਜਾਬ ਦੇ ਨਾਲ, ਕਿਸਾਨਾਂ ਦੇ ਨਾਲ, ਹਰਿਆਣੇ ਨਾਲ, ਕੋਈ ਯੂਪੀ ਹੋਵੇ, ਪਰ ਆਪਣੇ ਕਹਿ ਲਓ ਬਈ ਮਿੱਟੀ ਨਾਲ ਜਿਹੜਾ ਪਿਆਰ ਆ। ਸੋ ਤੁਸੀਂ ਆਪਣੇ ਆਪ ਬਚਾਅ ਰੱਖਣਾ, ਆਪਣੇ ਜਿਹੜਾ ਜੋਸ਼ ਅਤੇ ਹੋਸ਼ ਉਹ ਵੀ ਕਿੱਦਾਂ ਵਰਤਣਾ ਸੋਚਣਾ। ਪਰ ਜਿੱਦਾਂ ਮਰਜ਼ੀ ਸਾਡਾ ਬਈ ਕਹਿ ਲਓ, ਅਸੀਂ ਦੇਖਦੇ ਹਾਂ ਕਈ ਵਾਰੀ ਬਈ ਸਾਡਾ ਦੁਸ਼ਮਣ ਮੂਹਰੇ ਰਫਲ ਲੈ ਖੜਾ ਹੁੰਦਾ, ਨਹੀਂ, ਜਿਹੜਾ ਸੋਚਣ ਵਾਲਾ ਹੁੰਦਾ, ਸੋਚ ਕੇ ਉਹ ਸੋਚ ਜਿੱਤਦੀ ਆ। ਤੁਸੀਂ ਵੀ ਬਿਲਕੁਲ ਸੋਚੀ ਜਾਣਾ ਵੀ ਸਾਡੇ ਉੱਪਰ ਕੀ ਹੋ ਰਿਹਾ, ਜਿਹੜਾ ਐਕਸ਼ਨ ਲੈਣਾ ਸੋਚ ਕੇ, ਕੋਈ ਕਾਨੂੰਨ ਨਹੀਂ ਤੋੜਨਾ। ਬਸ ਤੁਸੀਂ ਆਪਣਾ ਜਿਹੜਾ ਹੁਣ ਦੁਨੀਆ ਦਿਖਾ ਰਹੇ ਵੀ ਸ਼ਾਂਤਮਾਈ ਆ, ਲੰਗਰ ਚੱਲਦੇ ਆ, ਚੜ੍ਹਦੀ ਕਲਾ ਸਪਿਰਿਟ, ਜਿਹੜਾ ਚੜ੍ਹਦੀ ਕਲਾ ਇਸ ਵੇਲੇ ਉੱਥੇ ਕੈਂਪ ਦੇ ਵਿੱਚ ਆ, ਮੈਂ ਵੀਡੀਓ ਦੇਖ ਦਿੰਦਾ ਰੋਜ਼, ਤੁਸੀਂ ਇਹ ਚੜ੍ਹਦੀ ਕਲਾ ਰੱਖਣੀ, ਇੱਕ ਦੂਜੇ ਨੂੰ ਸਲਾਹ ਦੇਣੀ ਹੈ। ਵੀਡੀਓ ਸ਼ੇਅਰ ਕਰੋ, ਜਿਹੜੇ ਉੱਥੇ ਤੁਹਾਡੇ ਪ੍ਰੋਟੈਸਟ 'ਤੇ ਗਏ ਆ ਉਹਨੂੰ ਫੋਨ ਕਰੋ ਵੀ ਵੀਡੀਓ ਦੇਖਣ, ਸਾਰੇ ਜਿਹੜੇ ਭਈ ਇਸ ਵੇਲੇ ਵੀਡੀਓ ਪਾ ਰਹੇ ਆ ਵੀ ਸ਼ਾਂਤਮਾਈ ਰਹਿਣਾ, ਉਹਨਾਂ ਸ਼ੇਅਰ ਕਰੋ, ਉਹਨੂੰ ਟੈਗ ਕਰੋ, ਪਰ ਆਪਣਾ ਆਪਣੀ ਮੂਵਮੈਂਟ ਦਾ ਬਚਾਅ ਕਰੋ। ਅਤੇ ਜਿਹੜੇ ਮੂਵਮੈਂਟ ਨੂੰ ਸਪੋਰਟ ਕਰਦੇ ਉਹਦਾ ਮੈਂ ਹੁਣ ਇੱਕ ਹੁਣ ਪੋਸਟ ਮਗਰੋਂ ਪਾਊਂਗਾ, ਮੇਰਾ ਆਪਣੇ ਖਿਆਲ ਕਿਹੜੇ ਆ ਵੀ ਜਿਹੜੇ ਭਈ ਕਿਸਾਨ ਯੂਨੀਅਨ ਨੂੰ ਕੀ ਕਰਨਾ ਚਾਹੀਦਾ। ਉਹ ਆਪਣੇ ਮੇਰੇ ਖਿਆਲ, ਮੈਂ ਨਹੀਂ ਕਿਸੇ ਨੂੰ ਕਹਿੰਦਾ ਕਰੋ, ਖਿਆਲ ਹੁੰਦੇ ਆਪਣੇ। ਸੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਸਾਨੂੰ ਤੁਹਾਡੇ ਉੱਪਰ ਬਹੁਤ ਮਾਣ ਆ, ਤੁਸੀਂ ਬਿਲਕੁਲ ਦਿਖਾਲ ਦਿੱਤਾ ਬਈ ਪੰਜਾਬ ਚੜ੍ਹਦੀ ਕਲਾ, ਪੰਜਾਬ ਦੀ ਜ਼ਮੀਰ ਚੜ੍ਹਦੀ ਕਲਾ, ਅਤੇ ਆਪਣਾ ਜਿਹੜਾ ਪ੍ਰੋਪਾਗੈਂਡਾ ਦਾ ਇਹੀ ਸਾਨੂੰ ਬਹੁਤ ਭਾਰੀ ਭਾਰਾ ਫਿਕਰ ਆ ਵੀ ਤੁਸੀਂ ਇੱਥੋਂ ਬਚ ਕੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।